ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਦਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਜੂ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਟੋਲ ਟੈਕਸ ਫ੍ਰੀ ਤੋਂ ਸੋਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚਾਹੁੰਦਾ ਹਾਂ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਵਾਅਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਖੋਸ਼ਖਬਰੀ ਹੈ ਜੀ ਹੁਣ ਨਹੀਂ ਦੇਣਾ ਪਵੇ ਗਾ ਟੋਲ ਟੈਕਸ ਸਰਕਾਰ ਨੇ ਦਿੱਤੀ ਵੱਡੀ ਰਾਹਤ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਵੱਡੀ ਖਬਰ ਸਾਹਮਣੇ ਆਈ ਹੈ ਭਾਰਤ ਸਰਕਾਰ ਨੇ ਟੋਲ ਟੈਕਸ ਮੁਕਤ ਕਰ ਦਿੱਤਾ ਟੋਲ ਟੈਕਸ ਸੀਮਤ ਦੂਰੀ ਲਈ ਮੁਫਤ ਕੀਤਾ ਗਿਆ ਹੈ ਇੱਕ ਟੋਲ ਇੱਕ ਵਾਹਨ ਨੂੰ ਟੋਲ ਟੈਕਸ ਦਾ ਭੁਗਤਾਨ ਕੀਤੇ ਬਿਨਾ ਸੀਮਤ ਰੇਂਜ ਤੱਕ ਚਲਾਇਆ ਜਾ ਸਕਦਾ ਹੈ ਇਸ ਦੇ ਲਈ ਲੋਕਾਂ ਨੂੰ ਆਪਣੇ ਵਾਹਨ ਦੇ ਵਿੱਚ ਇੱਕ ਡਵਾਈਸ ਲਾਉਣਾ ਪਵੇਗਾ ਇਸ ਡਿਵਾਈਸ ਦਾ ਨਾਮ ਹੈ ਜੀਐਨਐਸਐਸਐਸ ਡਿਵਾਈਸ ਨੂੰ ਵਾਹਨ ਵਿੱਚ ਲਾਉਣ ਤੋਂ ਬਾਅਦ ਤੁਸੀਂ ਇਸ ਸਰਕਾਰੀ ਨੀਤੀ ਦਾ ਲਾਭ ਲੈ ਸਕਦੇ ਹੋ ਜਿਸ ਦੇ ਤਹਿਤ ਜੇਕਰ ਤੁਸੀਂ ਰਾਸ਼ਟਰੀ ਰਾਜਮਾਰਗ ਤੇ 20 ਕਿਲੋਮੀਟਰ ਤੱਕ ਗੱਡੀ ਚਲਾਉਂਦੇ ਹੋ ਤੁਹਾਨੂੰ ਕੋਈ ਟੋਲ ਟੈਕਸ ਨਹੀਂ ਦੇਣਾ ਪਵੇਗਾ 20 ਕਿਲੋਮੀਟਰ ਤੋਂ ਵੱਧ ਦੂਰੀ ਲਈ ਟੈਕਸ ਦੇਣਾ ਪਵੇਗਾ ਨਵੇਂ ਨਿਯਮ ਦੇ ਤਹਿਤ ਨੈਸ਼ਨਲ ਹਾਈਵੇ ਸਥਾਈ ਪੁਲ ਬਾਈਪਾਸ ਤੇ ਸੁਰੰਗ ਵਿੱਚੋਂ ਲੰਘਣ ਵਾਲੇ ਵਾਹਨਾਂ ਨੂੰ 20 ਕਿਲੋਮੀਟਰ ਦੀ ਦੂਰੀ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ ਉਹਨਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਹਾਈਵੇ ਦੇ ਨੇੜੇ ਰਹਿੰਦੇ ਨੇ ਤੇ ਉਹਨਾਂ ਨੂੰ ਥੋੜੀ ਦੂਰੀ ਲਈ ਪੂਰਾ ਟੋਲ ਟੈਕਸ ਦੇਣਾ ਪਵੇਗਾ ਇਸ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਅਗਲੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੋਸਟ ਆਫਿਸ ਸਕੀਮ ਦੇ ਵਿੱਚ ਜਮ੍ਹਾਂ ਕਰਵਾਓ ਛੋਟੀ ਜਿਹੀ ਰਕਮ ਤੇ ਦੋ ਸਾਲਾਂ ਦੇ ਬਾਅਦ ਮਿਲਣਗੇ 17433 ਰੁਪਏ ਜੇਕਰ ਤੁਸੀਂ 174033 ਰੁਪਏ ਦੋ ਸਾਲਾਂ ਬਾਅਦ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖ ਦਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਨਾ ਭੁੱਲਿਓ ਡਾਰਕ ਕਰ ਦੀ ਬਜਾਏ ਡਾਰਕ ਕਰ ਬਾਰੇ ਜਾਣਦੇ ਹੋਵੋਗੇ ਆਪਣੇ ਨਿਵੇਸ਼ਕਾਂ ਲਈ ਕਈ ਤਰ੍ਹਾਂ ਦੀਆਂ ਛੋਟੀਆਂ ਬਚਤ ਸਕੀਮਾਂ ਚਲਾਉਂਦਾ ਹੈ ਇਥੇ ਹਰ ਕੋਈ ਆਪਣੇ ਬਜਟ ਦੇ ਅਨੁਸਾਰ ਕੋਈ ਨਾ ਕੋਈ ਯੋਜਨਾ ਮਿਲ ਜਾਂਦੀ ਹੈ ਉਹ ਵੀ ਰਿਸਕ ਫ੍ਰੀ ਜੇਕਰ ਤੁਸੀਂ ਇੱਕ ਮੈਲੋ ਦਾ ਡਾਕਰ ਨੇ ਵਿੱਚ ਖਾਸ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਦੇ ਵੱਲੋਂ ਜਾਣਿਆ ਜਾਂਦਾ ਜੀ ਇਸ ਯੋਜਨਾ ਨੂੰ ਵਿਸ਼ੇਸ਼ ਤੌਰ ਤੇ ਔਰਤਾਂ ਦੀ ਆਰਥਿਕ ਸ਼ਕਤੀਕਰਨ ਅਤੇ ਵਿੱਤੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ 2023 ਦੇ ਬਜਟ ਵਿੱਚ ਪੇਸ਼ ਕੀਤਾ ਗਿਆ ਹੈ ਇਸ ਨੂੰ ਔਸਟ ਆਫਸ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਇੱਕ ਸਕੀਮ ਹੈ ਜੋ ਦੇਸ਼ ਵਿੱਚ ਰਹਿਣ ਵਾਲੀਆਂ ਔਰਤਾਂ ਤੇ ਲੜਕੀਆਂ ਲਈ ਇੱਕ ਸੁਰੱਖਿਆਤ ਅਤੇ ਆਕਰਸ਼ਕ ਬਚਤ ਵਿਕਲਪ ਪ੍ਰਦਾਨ ਕਰਦੀ ਹੈ ਸੋ ਬਿਨੇਕਾਰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਵਿੱਚੋਂ ਸਿਰਫ 2 ਸਾਲ ਲਈ ਨਿਵੇਸ਼ ਕਰ ਸਕਦੀ ਹੈ ਔਰਤਾਂ ਆਪਣਾ ਖਾਤਾ ਖੋਲ ਸਕਦੀਆਂ ਨੇ ਤੇ ਜਮ੍ਹਾਂ ਉੱਤੇ 7.5% ਦੀ ਸਾਲਾਨਾ ਵਿਆਜ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿਸੇ ਵੀ ਬੈਂਕ ਦੇ ਐਫ ਡੀ ਖਾਤੇ ਤੇ ਉਪਲਬਧ ਵਿਆਜ ਦਰ ਤੋਂ ਕਿਤੇ ਵੱਧ ਹੈ ਸੋ ਨਿਵੇਸ਼ ਦੀ ਗੱਲ ਕਰੀਏ ਤਾਂ 1000 ਰੁਪਏ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹੋ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦੀ ਰਕਮ ਜਮ੍ਹਾਂ ਕਰਵਾ ਸਕਦੇ ਹੋ ਤੇ 1 ਸਾਲ ਬਾਅਦ 40% ਰਕਮ ਕਢਵਾ ਸਕਦੇ ਹੋ ਐਲਪੀਜੀ ਗੈਂਸ ਖਰੀਦਣ ਵਾਲਿਆਂ ਦੇ ਲਈ ਵੱਡੀ ਖਬਰ ਹੈ ਜੀ ਇੰਜ ਵੱਜਦੀ ਹੈ ਠੱਗੀ ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਗੁਲਾਸ ਇੱਕ ਪਾਸੇ ਪਹਿਲਾ ਆਮ ਜਨਤਾ ਮੰਗਾਈ ਦੀ ਮਾਰ ਸੈਰੀ ਉਥੇ ਹੁਣ ਦੂਜੇ ਪਾਸੇ ਠੱਗੀ ਦਾ ਸ਼ਿਕਾਰ ਹੋ ਗਈ ਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਗੈਸ ਏਜੰਸੀਆਂ ਨੇ ਸਪਲਾਈ ਕਰਨ ਵਾਲੇ ਆਟੋ ਨੂੰ ਰੋਕਿਆ ਤੇ ਗੈਸ ਨੂੰ ਚੈੱਕ ਕੀਤਾ ਅਮਰਤਸਰ ਦੇ ਲੋਹਾਰ ਕਾ ਰੋਡ ਤੇ ਕਿਸਾਨ ਜਥੇਬੰਦੀਆਂ ਵੱਲੋਂ ਫੂਡ ਸਪਲਾਈ ਇਨਸਪੈਕਟਰ ਨੂੰ ਲੈ ਕੇ ਵੱਖ-ਵੱਖ ਏਜੰਸੀਆਂ ਦੇ ਸਪਲਾਈ ਕਰ ਰਿਹਾ ਆਟੋ ਨੂੰ ਸੜਕ ਤੇ ਰੋਕਿਆ ਤੇ ਜਾਂਚ ਕੀਤੀ ਗਈ ਹੈਰਾਨੀਜਨਕ ਤੱਥ ਸਾਹਮਣੇ ਆਏ ਸਿਲੰਡਰ ਦੀ ਜਾਂਚ ਕੀਤੀ ਗਈ ਤਾਂ ਮੌਕੇ ਤੇ ਸਿਲੰਡਰ ਨੂੰ ਤੋਲਣ ਤੇ ਘਰੇਲੂ ਗੈਸ ਸਿਲੰਡਰ ਵਿੱਚੋਂ 2 ਤੋਂ 6 ਕਿਲੋ ਗੈਸ ਘੱਟ ਪਾਈ ਗਈ ਹੈ ਸਬੰਧੀ ਫੂਡ ਸਪਲਾਈ ਇਨਸਪੈਕਟਰ ਸੰਦੀਪ ਲੂਥਰਾ ਨੇ ਦੱਸਿਆ ਕਿਸਾਨ ਜਥੇਬੰਦੀਆਂ ਦੀ ਸ਼ਿਕਾਇਤ ਉੱਪਰ ਜਦੋਂ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਗੱਡੀ ਦੀ ਜਾਂਚ ਕੀਤੀ ਤਾਂ 10 ਸਿਲੰਡਰਾਂ ਦੇ ਵਿੱਚੋਂ 2 ਤੋਂ 6 ਕਿਲੋ ਤੱਕ ਗੈਸ ਘੱਟ ਪਾਈ ਗਈ ਤੇ ਮੌਕੇ ਤੇ ਗੈਸ ਏਜੰਸੀ ਉੱਤੇ ਕਾਰਵਾਈ ਕਰਨ ਦੇ ਸਬੰਧੀ ਰਿਪੋਰਟ ਬਣਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਮਰੀਜ਼ਾਂ ਦੀਆਂ ਵਾਦਦੀਆਂ ਮੁਸ਼ਕਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੱਜਲ ਹੋ ਰਹੀ ਨੇ ਮਰੀਜ਼ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਪੰਜਾਬ ਦਾ ਲਗਾਤਾਰ ਸੰਘਰਸ਼ ਟਿਕਾ ਹੁੰਦਾ ਜਾ ਰਿਹਾ ਪੰਜਾਬ ਅੰਦਰ ਡਾਕਟਰਾਂ ਦੇ ਵੱਲੋਂ ਓਪੀਡੀ ਮੁਕੰਮਲ ਤੌਰ ਤੇ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਡਾਕਟਰਾਂ ਦੇ ਸਮਰਥਨ ਤੇ ਉਤਰ ਆਈ ਆ ਬਠਿੰਡਾ ਅੰਦਰ ਵੀ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਮੁਕੰਮਲ ਓਪੀਡੀ ਬੰਦ ਕਰਨ ਕਹੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸਿਵਲ ਹਸਪਤਾਲ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ ਡਾਕਟਰ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਬੇਸ਼ੱਕ ਉਹਨਾਂ ਦੀਆਂ ਕਈ ਵਾਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਤੇ ਮੰਗਾਸਬੰਧੀ ਨਾ ਹੀ ਉਹਨਾਂ ਨੂੰ ਕੋਈ ਲਿਖਤੀ ਪੱਤਰ ਦਿੱਤਾ ਗਿਆ ਜਿਸ ਕਰਕੇ ਅੱਜ ਮਜਬੂਰੀ ਵਿੱਚ ਉਹ ਪੀੜੀ ਮੁਕੰਮਲ ਬੰਦ ਕਰਨੀ ਪੈ ਰਹੀ ਹੈ ਦੋ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਹਾਂ ਸਾਹਮਣੇ ਪੁਲਿਸ ਨੇ ਰੱਖ ਦਿੱਤਾ 2 ਲੱਖ ਰੁਪਏ ਇਨਾਮ ਲੈਣ ਦੇ ਲਈ ਚੈਨਲ ਤੇ ਬਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਿਹਨੂੰ ਬਿੱਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਹਿ ਜਾਣਗੀਆਂ ਅਧੀਆਂ ਸੋ ਛੇਤੀ ਹੀ ਫੈਸਲਾ ਲੈਣ ਵਾਲੀ ਹੈ ਸਰਕਾਰ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਾਫੀ ਥੱਲੇ ਆ ਸਕਦੀਆਂ ਨੇ ਅਜਿਹੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹਾਲੀ ਦੇ ਵਿੱਚ ਆਈ ਗਰਾਵਟ ਦੇ ਕਾਰਨ ਹੋਣ ਵਾਲਾ ਹੈ 2021 ਤੋਂ ਬਾਅਦ ਪਹਿਲੀ ਵਾਰ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਇਸ ਦੰਦੀਆਂ ਕੀਮਤਾਂ ਘਟਾਉਣ ਤੇ ਵਿਚਾਰ ਅਜਿਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਉੱਤੇ ਚਰਚਾ ਸ਼ੁਰੂ ਹੋ ਗਈ ਹੈ ਇਸ ਉਤੇ ਪੈਟਰੋਲੀਅਮ ਸਕੱਤਰ ਪੰਕਜ ਜੈਨ ਨੇ ਕਿਹਾ ਕਿ ਭਾਰਤੀ ਤੇਲ ਮਾਰਕੀਟਿੰਗ ਕੰਪਨੀ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹਾਲ ਹੀ ਚੋਅਈ ਗਰਾਵਟ ਕਰਨ ਈਦਾਂ ਦੀਆਂ ਕੀਮਤਾਂ ਘਟਾਉਣ ਤੇ ਵਿਚਾਰ ਕਰ ਸਕਦੀ ਹੈ ਪੈਟਰੋਲ 75 ਤੇ ਡੀਜ਼ਲ 67 ਰੁਪਏ ਪ੍ਰਤੀ ਲੀਟਰ ਜੇਕਰ ਸਿਲਸਿਲਾ ਜਾਰੀ ਰਹਿੰਦਾ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਥੱਲੇ ਆ ਸਕਦੀਆਂ ਨੇ ਅਜਿਹੇ ਵਿੱਚ ਇਹ ਵੀ ਸਵਾਲ ਹੈ ਕਿ ਭਾਰਤ ਵਿੱਚ ਪੈਟਰੋਲ ਦੀ ਕੀਮਤ 75 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 67 ਰੁਪਏ ਪ੍ਰਤੀ ਲੀਟਰ ਤੇ ਆ ਜਾਵੇਗੀ ਫਿਲਹਾਲ ਪੈਟਰੋਲ ਦੀ ਕੀਮਤ ਜਦ 94 ਰੁਪਏ 72 ਪੈਸੇ ਤੇ ਡੀਜ਼ਲ 87 ਰੁਪਏ 62 ਪੈਸੇ ਚੱਲ ਰਿਹਾ ਹੈ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਡਾਕਟਰ ਨੇ ਇੱਕੋ ਦਿਨ ਪੱਟ ਦਿੱਤੇ ਮਰੀਜ਼ ਦੇ 23 ਦੰਦ 12 ਨਵੇਂ ਜੜ ਦਿੱਤੇ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਤੇ ਕਾਲ ਮੈਨੂੰ ਦੰਦਾਂ ਦਾ ਦਰਦ ਸੀ ਇਲਾਜ ਲਈ ਡਾਕਟਰ ਕੋਲ ਗਿਆ ਡਾਕਟਰ ਨੇ ਉਸ ਦੀ ਜਾਂਚ ਤੋਂ ਬਾਅਦ ਇੱਕ ਦਿਨ ਵਿੱਚ ਉਸਤੇ 23 ਦੰਦ ਕੱਢ ਦਿੱਤੇ ਹਾਦੂ ਦੋ ਦੋਗੇ ਜਦੋਂ ਡਾਕਟਰ ਨੇ ਦਰਦ ਨਾਲ ਕਰਾਰੇ ਵਿਅਕਤੀ ਦੇ 12 ਦੰਦ ਨਵੇਂ ਫਿੱਟ ਕਰ ਦਿੱਤੇ ਇਸ ਤੋਂ ਬਾਅਦ ਵੀ ਪੀੜਤਾ ਦਾ ਦਰਦ ਨਹੀਂ ਰੁਕਿਆ ਦਰਦ ਅਤੇ ਗੋਲੀਆਂ ਹੋਰ ਟੀਕੇ ਤੇ ਕਈ ਦਵਾਈਆਂ ਦੇਣ ਤੋਂ ਬਾਅਦ ਉਸ ਦਾ ਦਰਦ ਨਹੀਂ ਰੁਕਿਆ 13 ਦਿਨ ਜਾਨ ਲੈਵਾ ਦਰਦ ਚੱਲਣ ਤੋਂ ਬਾਅਦ ਡਰਗੀ ਦੇ ਸਦਮੇ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਦੀ ਮੌਤ ਹੋ ਗਈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮ੍ਰਿਤਕ ਦੀ ਤੀ ਨੇ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਆਪਣਾ ਦਰਦ ਸਾਂਝਾ ਕੀਤਾ ਹੁਣ ਸਥਾਨਕ ਮੈਡੀਕਲ ਐਸੋਸੀਏਸ਼ਨ ਵੱਲੋਂ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਤੇ ਆਮ ਤੌਰ ਤੇ ਦਿਨ ਦੇ ਵਿੱਚ ਇੱਕ ਤੋਂ ਸਿਰਫ 2 ਤੋਂ 3 ਦੰਦ ਹੀ ਕੱਢੇ ਜਾ ਸਕਦੇ ਹਨ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 40 ਸਾਲ ਦੀ ਉਮਰ ਤੋਂ ਬਾਅਦ ਨਹੀਂ ਕਰਨਾ ਪਵੇਗਾ ਕੋਈ ਕੰਮ ਕਰਦੇ ਵਿੱਚ ਕਰੋ ਆਰਾਮ ਤੁਹਾਡਾ ਪੈਸਾ ਕਮਾਵੇਗਾ ਹਰ ਮਹੀਨੇ ਮਹੂਰਤੀ ਕਮਾਈ ਜਾਣਨ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਵੀ ਚੈੱਕ ਕਰ ਸਕਦੇ ਹੋ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਜਲਦੀ ਰਿਟਾਇਰਮੈਂਟ ਹੋਣਾ ਚਾਹੁੰਦੇ ਨੇ अर्ਲੀ ਰਿਟਾਇਰਮੈਂਟ ਦਾ ਮਤਲਬ ਹੈ 60 ਸਾਲ ਦੀ ਉਮਰ ਤੋਂ ਪਹਿਲਾਂ ਸੇਵਾ ਮੁਕਤ ਹੋਣਾ ਇਸ ਲਈ ਤੁਹਾਨੂੰ ਆਪਣੀ ਨੌਕਰੀ ਦਰਾਂ ਨਿਯਮਤ ਤੌਰ ਤੇ ਨਿਵੇਸ਼ ਕਰਨਾ ਹੋਵੇਗਾ ਨੌਜਵਾਨ ਪੀੜੀ 45 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋਣਾ ਚਾਹੁੰਦੀ ਹੈ ਜੇਕਰ ਤੁਸੀਂ ਵੀ 40 ਤੋਂ 45 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਤੋਂ ਬਾਅਦ ਹਰ ਮਹੀਨੇ ਚੰਗੀ ਰੈਗੂਲਰ ਪੈਨਸ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਫਾਰਮੂਲਾ ਦੱਸਾਂਗੇ ਜੇਕਰ ਤੁਸੀਂ 25 ਸਾਲਾਂ ਵਿੱਚ ਨਿਵੇਸ਼ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ 40 ਸਾਲਾਂ ਵਿੱਚ ਰਿਟਾਇਰ ਹੋ ਸਕਦੇ ਹੋ 15 15 15 ਫਾਰਮੂਲਾ ਤੁਹਾਡੇ ਲਈ ਲਾਭਦਾਇਕ ਹੋਣ ਵਾਲਾ ਹੈ ਜੀ 15 ਸਾਲਾਂ ਵਿੱਚ 1 ਕਰੋੜ ਰੁਪਏ ਇਕੱਠਾ ਕਰ ਸਕਦੇ ਹੋ 4 ਸਾਲ ਦੀ ਉਮਰ ਤੋਂ ਹਰ ਮਹੀਨੇ ਲੱਖ ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ 15 15 15 ਫਾਰਮੂਲਾ ਮਿਊਚੁਅਲ ਫੰਡਾਂ ਵਿੱਚ ਐਸਆਈਪੀ ਨਾਲ ਸੰਬੰਧਿਤ ਹੈ ਮਤਲਬ ਕਿ 15 ਸਾਲਾਂ ਤੱਕ ਹਰ ਮਹੀਨੇ 15000 ਰੁਪਏ ਨਿਵੇਸ਼ ਕਰਨਾ ਤੇ 15% ਦੀ ਸਾਲਾਨਾ ਵਿਆਜ ਮਿਲਣ ਤੇ ਜੀਜੀਆਰ ਸਾਲਾਨਾ ਉਪਲਬਧ ਹੈ 25 ਸਾਲ ਦੀ ਉਮਰ ਤੋਂ ਨਿਵੇਸ਼ ਕਰਦੇ ਹੋ ਤਾਂ 15 ਸਾਲ ਦੇ ਵਿੱਚ ਤੁਸੀਂ ਕਰੋੜਪਤੀ ਬਣ ਜਾਵੋਗੇ ਹਰ ਮਹੀਨੇ 15000 ਰੁਪਏ ਨਿਵੇਸ਼ ਕਰਨਾ 15 ਸਾਲਾਂ ਦੌਰਾਨ ਤੁਹਾਡੇ ਨਿਵੇਸ਼ ਕੀਤੀ ਰਕਮ 27 ਲੱਖ ਰੁਪਏ ਹੋਵੇਗੀ। SIP ਦੇ ਮਿਸ਼ਰਣ ਦੀ ਸ਼ਕਤੀ ਦੀ ਧੰਨਵਾਦ 40 ਸਾਲ ਦੀ ਉਮਰ ਕੁੱਤੇ ਤੁਹਾਡੇ ਕੋਲ 1 ਕਰੋੜ ਦੀ ਰਕਮ ਇਕੱਠੀ ਹੋਵੇਗੀ ਤੇ ਪੈਨਸ਼ਨ ਲੈਣ ਲਈ ਤੁਸੀਂ 1 ਕਰੋੜ ਦੀ ਰਕਮ ਨੂੰ ਸਿਸਟੇਮੈਟਿਕ ਵਿਡਰਾਵਲ ਪਲਾਨ ਜਾਨੀ ਕਿ SWP ਵਿੱਚ ਨਿਵੇਸ਼ ਕਰਦੇ ਹੋ ਤਾਂ ਹਰ ਮਹੀਨੇ 1 ਲੱਖ ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਰਨਤਾਰਨ ਤੋਂ ਜਿੱਥੇ ਨਸ਼ਹਿਰਾ ਪੰਨਵਾ ਦੇ ਵਿੱਚ ਰਾਤ ਸਮੇਂ ਆਮ ਆਦਮੀ ਪਾਰਟੀ ਦੇ ਵਰਕਰ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਨਸ਼ਹਿਰਾ ਪੰਨਵਾ ਦੇ ਵਿੱਚ ਵੱਡੀ ਦੁੱਖਦਾਈ ਖਬਰ ਆ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਤੋਂ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਵਰਕਰ ਬਿਕਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਚੌਧਰੀਵਾਲਾ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਆ ਦੇਰ ਸ਼ਾਮ ਦੋ ਅਣਪਛਾਤੇ ਵਿਅਕਤੀਆਂ ਨੇ ਦੋ ਗੋਲੀਆਂ ਮਾਰੀਆਂ ਜਿਸ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਪ ਸਰਕਾਰ ਦਾ ਵੱਡਾ ਫੈਸਲਾ ਹੈ ਹੁਣ ਵਾਹਨਾਂ ਤੇ ਮਿਲੇਗੀ 50% ਛੋਟ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ ਜੀ ਜੇਕਰ ਤੁਸੀਂ ਦਿੱਲੀ ਚ ਰਹਿੰਦੇ ਹੋ ਭਾਰੀ ਟ੍ਰੈਫਿਕ ਚਲਾਨਟ ਜੁਰਮਾਨੇ ਦੇ ਰਾਤ ਮਿਲਣ ਵਾਲੀ ਆਪਣੇ ਵਾਹਨਾਂ ਦੇ ਚਲਾਨ ਤੇ ਬੰਪਰ ਛੋਟ ਮਿਲੇਗੀ ਇਸ ਲਈ ਕੁਝ ਸ਼ਰਤਾਂ ਨੇ ਕੇਜਰੀਵਾਲ ਸਰਕਾਰ ਨੇ ਫੈਸਲਾ ਲਿਆ ਕਿ ਇਸ ਪ੍ਰਸਤਾਵ ਤੇ ਸਿਰਫ ਐਲਜੀ ਦੀ ਮਨਜ਼ੂਰੀ ਦੀ ਉਡੀਕ ਹੈ ਦਿੱਲੀ ਸਰਕਾਰ ਨੇ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ਵਾਲੇ ਤੇ ਜੁਰਮਾਨਾ ਅਦਾ ਕਰਨ ਦੀ ਆਮ ਲੋਕਾਂ ਨੂੰ ਚਲਾਨ ਦੀ ਰਕਮ ਤੇ 50% ਦੀ ਛੋਟ ਦਿੱਤੀ ਹੈ ਇਸ ਛੋਟ ਨੂੰ ਮੋਟਰ ਵਹੀਕਲ ਐਕਟ ਦੀਆਂ ਵਿਸ਼ੇਸ਼ਤਾਵਾਂ ਤਹਿਤ ਅਪਰਾਧਾਂ ਤੇ ਲਾਗੂ ਹੋਵੇਗੀ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਚੱਲੋ ਸੋ ਚੰਡੀਗੜ੍ਹ ਦੇ ਵਿੱਚ ਕੋਠੀ ਤੇ ਗ੍ਰਨੇਡ ਸੁੱਟਣ ਵਾਲਿਆਂ ਦੀ ਹੋ ਗਈ ਪਛਾਣ ਹੋਰ ਕਈ ਵੱਡੇ ਖਲਾਸੇ ਹੋਏ ਨੇ ਜੀ ਪੁਲਿਸ ਨੇ ਦੋਵਾਂ ਮੁੱਲਜਮਾਂ ਦੀ ਪਛਾਣ ਕਰ ਲਈ ਐ ਇੱਕ ਰੋਹਨ ਮਸੀਹ ਜੋ ਪਿੰਡ ਪਾਛੀਆਂ ਅਮਰਤਸਰ ਦਾ ਰਹਿਣ ਵਾਲਾ ਤੇ ਅਤਵਾਦੀ ਹੈ ਪੀ ਪਾਛੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਉਹ ਵੀ ਇਸੇ ਪਿੰਡ ਦਾ ਵਸਨੀਕ ਹੈ 20 ਸਾਲ ਰੋਹਣ ਦਾ ਪਿੰਡ ਦੇ ਕੁਝ ਲੋਕਾਂ ਨਾਲ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਉਸ ਨੂੰ ਫਤੇਗੜ ਸਾਹਿਬ ਦੇ ਪਿੰਡ ਪਿੰਡੀ ਵਿਖੇ ਰਿਸ਼ਤੇਦਾਰਾਂ ਕੋਲ ਰਹਿਣਾ ਪਿਆ ਜਦੋਂ ਹਮਲੇ ਤੋਂ ਬਾਅਦ ਮਲਜਮ ਆਟੋ ਤੋਂ ਸੈਕਟਰ 18 ਪਹੁੰਚ ਤੱਕ ਲਾਲ ਬੱਤੀ ਲੱਗੀ ਸੀ ਆਟੋ ਚਾਲਕ ਨੂੰ ਲਾਲ ਬੱਤੀ ਪਾਰ ਕਰਕੇ ਤੇਜ਼ ਗੱਡੀ ਚਲਾਉਣ ਲਈ ਕਿਹਾ ਆਟੋ ਚਾਲਕ ਨੇ ਲਾਲ ਬੱਤੀ ਨੂੰ ਪਾਰ ਕਰਨ ਤੋਂ ਸਾਫ਼ ਇਨਕਾਰ ਦਿੱਤਾ ਮਲਜਮ ਨੇ 500 ਰੁਪਏ ਦਾ ਨੋਟ ਸੁੱਟ ਦਿੱਤਾ ਤੇ ਸੈਕਟਰ 18 ਦੇ ਰਹਾਇਸ਼ੀ ਇਲਾਕੇ ਵੱਲ ਫਰਾਰ ਹੋ ਗਿਆ ਪਤਾ ਲੱਗਾ ਹੈ ਕਿ ਦੋ ਦਿਨ ਪਹਿਲਾਂ ਉਸੇ ਆਟੋ ਚੂ ਘਰ ਦੀ ਰੇਕੀ ਕਰਨ ਆਏ ਸਨ ਜਿਸ 'ਤੇ ਮੁੱਲਜਮ ਹਮਲਾ ਕਰਨ ਆਏ ਨੇ ਪੁਲਿਸ ਨੇ ਉਸ ਇਲਾਕੇ ਦੀ ਸੀਸੀਟੀਵੀ ਰਿਕਾਰਡਿੰਗ ਵੀ ਕਮਜੇ ਦੇ ਵਿੱਚ ਲੈ ਲਈ ਇਸ ਦੌਰਾਨ ਪੁਲਿਸ ਨੇ ਸਬੰਧੀ ਕੇਸ ਦਰਜ ਕਰ ਲਿਆ ਦੋ ਮੁੱਲਜਮਾਂ ਖਿਲਾਫ ਫਸਲਾ ਤੇ ਯੂ.ਏ.ਪੀ ਦੀਆਂ ਤਰ੍ਹਾਂਵਾਂ ਦੇ ਤਹਿਤ ਦੇ ਕੇਸ ਦਰਜ ਕਰ ਲਿਆ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦਿੱਲੀ ਪੁਲਿਸ NIA ਸਮੇਤ ਕਈ ਏਜੰਸੀਆਂ ਜਾਂਚ ਦੇ ਵਿੱਚ ਜੁਟੀਆਂ ਨੇ ਤੇ ਦੋਵੇਂ ਮਲਜਮ ਵੋਲਵ ਬੱਸ ਦੇ ਵਿੱਚ ਚੰਡੀਗੜ੍ਹ ਆਏ ਸਨ। ਹ ਰਾਜਾਵੜਿੰਗ ਦਾ ਦਾਵਾ ਕਾਲ ਤਖਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜ਼ਿਸ਼ ਸਜ਼ਾ ਦੇਣੀ ਤਾਂ 4 ਸਾਲ ਲਈ ਦਿਓ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਠਜੋੜ ਸਿਰੇ ਨਹੀਂ ਚੜ੍ਹ ਸਕਿਆ ਸੀਟਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਵਿਚਾਲੇ ਅਜੇ ਹੀ ਖੇਚੋ ਤਾਨ ਸੀ ਕਿ ਦੋ ਆਪੋ ਆਪਣੇ ਉਮੀਦਵਾਰ ਵੱਖਰੇ ਤੌਰ ਤੇ ਚੋਣ ਲੜਨ ਦੇ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਕਹਿ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਕਾਂਗਰਸ ਦਾ ਚੰਗਾ ਫੈਸਲਾ ਕਿਹਾ ਹੈ ਵੜਿੰਗ ਦਾ ਕਹਿਣਾ ਕਿ ਹਰਿਆਣਾ ਵਿੱਚ ਕਾਂਗਰਸ ਸਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁਭ ਸੰਕੇਤ ਹੈ ਵੜਿੰਗ ਨੇ ਕਿਹਾ ਆਪ ਹਰਿਆਣਾ ਕਾਂਗਰਸ ਦੀ ਮਦਦ ਨਾਲ 1-2 ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਆ ਸੱਚਾਈ ਇਹ ਹੈ ਕਿ ਆਪ ਨੂੰ ਹਰਿਆਣਾ ਵਿੱਚੋਂ ਕਿਸੇ ਵੀ ਸੀਟ ਤੇ 2000 ਤੋਂ ਵੱਧ ਵੋਟਾਂ ਹੀ ਨਹੀਂ ਮਿਲ ਰਹੀਆਂ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਸ ਸਰਕਾਰੀ ਵਿਭਾਗ ਦੇ ਵਿੱਚ ਨਿਕਲੀਆਂ ਨੌਕਰੀਆਂ ਕਿ 1 ਅਕਤੂਬਰ ਤੋਂ ਕਰ ਲਵੋ ਪਹਿਲਾਂ ਅਪਲਾਈ ਸਰਕਾਰੀ ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ ਸੰਚਾਰ ਮੰਤਰਾਲੇ ਵਿੱਚ ਨੌਕਰੀਆਂ ਨਿਕਲੀਆਂ ਹਨ ਮੰਤਰਾਲੇ ਨੇ ਜੂਨੀਅਰ ਅਕਾਊਂਟੈਂਟ ਲੋਅਰ ਡਿਵੀਜ਼ਨ ਕਲਰਕ ਤੇ ਪੀਐਸਐਸ ਟੈਨੋ ਤੇ ਐਮਟੀਐਸ ਦੀ ਅਸਾਮੀਆਂ ਲਈ ਖਾਲੀ ਅਸਾਮੀਆਂ ਕਰਾਰ ਦਿੱਤੀਆਂ ਨੇ ਜੋ ਵੀ ਉਮੀਦਵਾਰ ਇਹਨਾਂ ਅਹੁਦਿਆਂ ਤੇ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ ਉਹ ਸੰਚਾਰ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ dot.go.in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਅਸਾਮੀਆਂ ਦੇ ਲਈ ਕਾਰਜੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਜੇਕਰ ਹਾਲੇ ਤੱਕ ਵੀ ਤੁਸੀਂ ਸ਼ੇਅਰ ਨਹੀਂ ਕੀਤਾ ਤਾਂ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਵੀਡੀਓ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਹੁਣ ਸਭ ਤੋਂ ਦੇਸ਼ ਅਮੀਰ ਦੇਸ਼ਾਂ 'ਚ ਹੋਵੇਗੀ ਪਾਕਿਸਤਾਨ ਦੀ ਗਿਣਤੀ ਮਿਲ ਗਈ ਕੁਦਰਤੀ ਸੌਗਾਤ ਸੋਏ ਵੀ ਵੱਡੀ ਅਪਡੇਟ ਪਾਕਿਸਤਾਨ ਤੋਂ ਨਿਕਲ ਕੇ ਆ ਰਹੀ ਹੈ ਚੰਡੀਗੜ੍ਹ ਬੰਬ ਤਮਾਕੀ ਦੀ ਤਾਰਾਂ ਪੰਜਾਬ ਦੇ ਵਿੱਚ 2023 ਚ ਦਰਜ ਐਫ ਆਈ ਆਰ ਵੱਲ ਗਈਆਂ ਸੋ ਇਹ ਵੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਸਾਤਵਾਦੀ ਕੌਣ ਤੋਂ ਜਾਂਚ ਕਰ ਰਹੀ ਹੈ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਤੇ ਆਟੋ ਚਾਲਕ ਗ੍ਰਿਫਤਾਰ ਹੋ ਚੁੱਕਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਹਮਲੇ ਨਾਲ ਸਬੰਧਤ ਕਿਸੇ ਵੀ ਦੋਸ਼ੀ ਬਾਰੇ ਸੂਚਨਾ ਦੇਣ ਲਈ 2 ਲੱਖ ਰੁਪਏ ਦਾ ਇਨਾਮ ਕੀਤਾ ਹੈ। ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਸੇਵਾਮੁਕਤ ਪ੍ਰਿੰਸੀਪਲ ਇੱਥੇ ਰਹਿੰਦੇ ਨੇ ਪਰ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਸੇਵਾਮੁਕਤ ਐਸਐਸਪੀ ਹਰਕੀਰਤ ਸਿੰਘ ਘਰ ਵਿੱਚ ਰਹਿੰਦੇ ਸਨ ਪੁਲਿਸ ਨੇ ਦੇਰ ਰਾਤ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਪਰ ਅਧਿਕਾਰੀ ਜਾਣਕਾਰੀ ਸਾਂਝੀ ਨਹੀਂ ਕਰ ਰਹੇ। ਸੀਸੀਟੀਵੀ ਟਰੈਕਿੰਗ ਦੌਰਾਨ ਸਪਸ਼ਟ ਹੋ ਗਿਆ ਕਿ ਮੁੱਲਜ਼ਮ ਸੈਕਟਰ 10 ਵਿੱਚ ਹਮਲਾ ਕਰਨ ਤੋਂ ਬਾਅਦ ਇੱਕ ਕਾਰਟੋ ਵਿੱਚ ਸੈਕਟਰ 9 ਵੱਲ ਗਏ ਸਨ ਤੇ ਬੰਬ ਧਮਾਕੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਦਾ ਧਿਆਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ 2023 ਵਿੱਚ ਦਰਜ ਐਫਆਈਆਰ ਵੱਲ ਗਿਆ ਹੈ ਸਪੈਸ਼ਲ ਸੈੱਲ ਵੱਲੋਂ ਉਕਤ ਮਾਮਲੇ 'ਚੋਂ ਦੋ ਮੁੱਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ ਪੰਜਾਬ ਪੁਲਿਸ ਨੂੰ ਇਤਲਾਹ ਦਿੱਤੀ ਕਿ ਹਰਵਿੰਦਰ ਸਿੰਘ ਰਿੰਦਾ ਨੇਕ ਉਸ ਨੂੰ ਕੁਝ ਸਾਲ ਪਹਿਲਾਂ ਇਸ ਕਰਦੀ ਦੇ ਕੀ ਕਰਨ ਲਈ ਭੇਜਿਆ ਸੀ ਜਿਸ ਦੀ ਜਾਣਕਾਰੀ ਚੰਦੀਖੂਪੜ ਪੁਲਿਸ ਦੇ ਨਾਲ ਵੀ ਸਾਂਝੀ ਕੀਤੀ ਗਈ ਸੀ ਚੰਦੀਗੜ੍ਹ ਫੌਲਸ ਫਿਲਹਾਲ ਇਸ ਮਾਮਲੇ ਜੋ ਗੈਂਗਸਟਰ ਅਤੇ ਅੱਤਵਾਦੀ ਦੋਹਾਂ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਜਿਸ ਤਰੀਕੇ ਨਾਲ ਹਮਲਾ ਹੋਇਆ ਕੋਈ ਆਮ ਹਮਲਾ ਨਹੀਂ ਇਸ ਦੀਆਂ ਇਸ਼ਾਰਾ ਇੱਕ ਵਾਰ ਫਿਰ ਸਰਹੱਦ ਪਾਰ ਬੈਠੇ ਅੱਤਵਾਦੀਆਂ ਵੱਲ ਇਸ਼ਾਰਾ ਕਰ ਰਹੀਆਂ ਨੇ ਜਿਸ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਵੀਰ ਲੰਡਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਲਖਬੀਰ ਲੰਡਾ ਕੁਝ ਸਾਲ ਪਹਿਲਾਂ ਪਾਕਿਸਤਾਨ ਵਿੱਚ ਮਾਰੇ ਗਿਆ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਹੈ। ਇਹਨੇ ਨਹੀਂ ਮੋਹਾਲੀ ਚ ਪੰਜਾਬ ਪੁਲਿਸ ਦੇ ਇੰਟੈਲੀਜੈਂਟ ਤੇ ਵੀ ਹਮਲਾ ਕਰਨ ਵਿੱਚ ਲੰਡੇ ਦਾ ਹੀ ਹੱਥ ਸੀ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ ਕਲਕੱਤਾ ਰੇਪ ਕੇਸ ਨੂੰ ਲੈ ਕੇ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ ਮਮਤਾ ਨੇ ਜਨਤਾ ਤੋਂ ਮੰਗੀ ਮਾਫੀ। ਜੂਨੀਅਰ ਡਾਕਟਰਾਂ ਤੇ ਮਮਤਾ ਬੈਨਰਜੀ ਵਿਚਾਲੇ ਟਕਰਾਵਾ ਵਾਦਾ ਜਾ ਰਿਹਾ ਜੀ ਜੂਨੀਅਰ ਡਾਕਟਰ ਇਨਸਾਫ ਦੀ ਮੰਗ ਤਲੂਨ ਲੈ ਕੇ ਹੜਤਾਲ ਤੇ ਬੈਠੇ ਨੇ ਤੇ ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ਖਤਮ ਕਰਨ ਲਈ ਸੱਦਾ ਦਿੱਤਾ ਹੈ ਸੂਬੇ ਦੇ ਮੁਖ ਸਕੱਤਰ ਮਨੋਜ ਮੀਤ ਨੇ ਵੀਰਵਾਰ ਨੂੰ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੂੰ ਗੈਰ ਰਸਮੀ ਗੱਲਬਾਤ ਲਈ ਖੁੱਲਾ ਸੱਦਾ ਦਿੱਤਾ ਮਮਤਾ ਬੈਨਰਜੀ 2 ਤੋਂ 10 2 ਘੰਟੇ 10 ਮਿੰਟ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਦੋ ਡਾਕਟਰ ਗੱਲਬਾਤ ਲਈ ਤਿਆਰ ਨਹੀਂ ਹੋਏ ਤਾਂ ਮਮਤਾ ਬੈਨਰਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਲੋਕਾਂ ਤੋਂ ਮਾਫੀ ਮੰਗੀ ਤੇ ਡਾਕਟਰਾਂ ਨੂੰ ਕੰਮ ਤੇ ਪਰਤਣ ਦੀ ਅਪੀਲ ਕੀਤੀ ਯੂਨੀਅਨ ਡਾਕਟਰਾਂ ਦਾ 30 ਮੈਂਬਰੀ ਵਫਦ ਨਵਾਨ ਪੁੱਜ ਗਿਆ ਪਰ ਤਰਨਗਰੀ ਡਾਕਟਰ ਗੱਲਬਾਤ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਕਰ ਰਹੇ ਹਨ ਸੂਬਾ ਪ੍ਰਸ਼ਾਸਨ ਨੇ ਇਨਕਾਰ ਕਰ ਦਿੱਤਾ ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਨੂੰ ਲੈ ਕੇ ਡੈਡਲਾਕ ਬਣਿਆ ਰਿਹਾ ਤੇ ਤਾਹਾਨੂੰ ਦੱਸਦੀ ਹੈ ਕੋਲਕਾਤਾ ਦੇ ਆਰਜੀਮੈਡ ਕਾਰ ਮੈਡੀਕਲ ਕਾਲਜ ਵਿੱਚ ਇੱਕ ਮੈਲਾ ਡਾਕਟਰ ਨਾਲ ਬਲਾਤਕਾਰ ਤੇ ਉਸਦੀ ਮੌਤ ਨੂੰ ਲੈ ਕੇ ਹੰਗਾਮਾ ਹੋਇਆ ਸੀ ਅਮਰਤਪਾਲ ਦੇ ਚਾਚੇ ਦੇ ਘਰ ਐਨਆਈਏ ਦੀ ਟੀਮ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਕੱਲ ਕਰ ਦਿੱਤੀ ਗਈ ਹੈ ਰੇਡ